ਜਿਵੇਂ ਫੀਲ ਕਰਦਾ ਇੱਕ ਵਾਰੀ ਇੱਕ ਪੇਸ਼ੈਂਟ ਆ ਜਾਂਦਾ ਹੈ ਹਾਰਟ ਅਟੈਕ ਦਾ ਹੁਣ ਹਾਰਟ ਅਟੈਕ ਉਹ ਫੀਲ ਕਰਦਾ ਹੈ ਔਰ ਉਹ ਪੇਸ਼ੈਂਟ ਨੂੰ ਠੀਕ ਨਹੀਂ ਕਰ ਰਿਹਾ ਉਹ ਹਾਰਟ ਅਟੈਕ ਦੇ ਲੈਵਲ ਦੇਖਣਾ ਚਾਹ ਰਿਹਾ ਸੀਗਾ ਕਿ ਕਿੰਨੀ ਦੂਰ ਤੱਕ ਜਾਂਦਾ ਹੈ ਔਰ ਉਹ ਡੈਥ ਇੱਕਦਮ ਐਕਸਪੀਰੀਅੰਸ ਕਰ ਲੈਂਦਾ ਉਹਨੂੰ ਮਜ਼ਾ ਆਣ ਲੱਗ ਜਾਂਦਾ ਹੈ ਪੇਨ ਫੀਲ ਕਰਨ ਚ ਪਹਿਲੇ ਛੋਟਾ ਵੱਡਾ 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 ਥੈਨ ਜਦੋਂ ਹਾਰਟ ਅਟੈਕ ਵਾਲਾ ਪੇਸ਼ੈਂਟ ਮਰ ਜਾਂਦਾ ਥੈਨ ਹਸਪੀਟਲ ਡਿਸਾਈਡ ਕਰਦਾ ਕਿ ਇਹਨੂੰ ਛੁੱਟੀ ਦੇਣੀ ਚਾਹੀਦੀ ਹੈ ਬਿਕਾਜ਼ ਇਹ ਪੇਨ ਦੇ ਨਾਲ ਹੈਬਿਚੁਅਲ ਹੋ ਗਿਆ ਔਰ ਇਹਦੀ ਆਬਸੈਸ਼ਨ ਬਣ ਗਈ ਹੈ ਪੇਨ ਦਾ ਲੈਵਲ ਦੇਖ ਰਿਹਾ ਲੈ ਕਿਉਂਕਿ ਪਹਿਲੇ ਤੁਸੀਂ ਇੱਕ ਲੱਡੂ ਖਾਣੇ ਹੋ ਫਿਰ ਦੋ ਖਾਣੇ ਕੀ ਹੁੰਦਾ ਖਾ ਕੇ ਹਾਂ ਫਿਰ ਸੇਮ ਚੀਜ਼ ਹੋ ਗਈ ਉਹਨੂੰ ਘਰ ਛੱਡ ਦਿੰਦੇ ਆ ਨਾਓ ਇੱਕੋ ਦਮ ਉਹਨੂੰ ਇਹ ਲੱਗਿਆ ਕਿ ਹੁਣ ਤਾਂ ਲਾਈਫ ਖਾਲੀ ਹੋ ਗਈ ਹੁਣ ਮੈਂ ਕੀ ਕਰਾਂ ਹੁਣ ਹੁਣ ਮੈਨੂੰ ਪੇਨ ਨਹੀਂ ਫੀਲ ਹੋ ਰਿਹਾ ਮੈਂ ਉਹ ਹੌਲੀ ਹੌਲੀ ਆਪਣੀਆਂ ਚਮੜੀ ਲਾਂ ਲੱਗ ਜਾਂਦਾ ਹੈ ਦੰਦ ਕੱਢਣ ਲੱਗ ਜਾਂਦਾ ਹੈ ਪਲਾਸ ਨਾਲ ਉਹ ਕਰਨ ਲੱਗ ਜਾਂਦਾ ਆਪਣੀ ਬਾਹ ਵੜ ਲੈਂਦਾ ਫਿਰ ਉਹ ਫੀਲ ਕਰਦਾ ਗਲੀ ਚ ਬੈਗਰ ਜਾਂਦਾ ਉਹਦੇ ਚਾਕੂ ਮਾਰ ਕੇ ਫੀਲ ਕਰਦਾ ਆਪਣੇ ਪੇ